ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਮਾਂ ਪਿਓ ਨੇ ਆਪਣੇ ਨਿਹੰਗ ਬਣੇ ਪੁੱਤ ਦੀ ਰੋ ਰੋ ਕੇ ਦੱਸੀ ਦਾਸਤਾਨ। ਰੱਬ ਇਹੋ ਜਿਹੀ ਔਲਾਦ ਕਿਸੇ ਨੂੰ ਨਾ ਦੇਵੇ। ਨਿਹੰਗ ਸਿੰਘ ਦੇ ਬਾਣੇ 'ਚ ਪੁੱਤ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਬੁੱਢੇ ਮਾਪਿਆਂ ਦਾ ਦੇਖੋ ਕੀ ਕੀਤਾ ਹਾਲ। ਸੀਸੀਟੀਵੀ ਕੈਮਰਿਆਂ 'ਚ ਸਭ ਕੁਝ ਹੋਇਆ ਕੈਦ। ਬੁੱਢੇ ਮਾਂ ਪਿਓ ਦੇ ਨਹੀਂ ਰੁਕ ਰਹੇ ਹੰਝੂ। ਤੁਸੀਂ ਵੀ ਹੈਰਾਨ ਹੋ ਜਾਵੋਗੇ ਇਸ ਕਲਜੁਗੀ ਪੁੱਤ ਦੀ ਕਰਤੂਤ ਦੇਖ ਕੇ। ਕੀ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ? ਮੇਰਾ ਨਾਮ ਅੰਗਰੇਜ਼ ਸਿੰਘ ਹੈ ਜੀ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ? ਗੋਗੋ ਆਣੀ ਦੇ ਰਹਿਣ। ਤੇ ਕੀ ਹੋਇਆ ਜਿਹੜਾ ਅੱਜ ਪੁੱਤਰ ਤੁਹਾਡਾ ਇਸ ਤਰ੍ਹਾਂ ਦੇ? ਕੀ ਕਰੀਏ ਜੀ, ਸਾਡੇ ਤਾਂ ਮਾਰ ਕੇ ਸੁੱਟ ਗਿਆ ਜਵਾਨ। ਕਿਸ ਤਰ੍ਹਾਂ ਦੇ ਸਬੰਧ ਹੈ? ਕੀ ਦੱਸੀ ਜਾਣਾ, ਇਹਨੇ ਤੁਹਾਡਾ ਮਿੱਟੀ ਪਲੀਤ ਕਰਤੀ ਜਵਾਈ। ਕੁੱਟਮਾਰ ਕਰ ਜਾਂਦਾ ਮੋਟਰਸਾਈਕਲ ਖੂਹੇ ਲੈ ਗਿਆ, ਮੋਬਾਈਲ ਲੈ ਗਿਆ, ਤੋਰੀ ਸਾਡੀ ਕੁੱਟਮਾਰ ਬੂਰ ਕੀਤੀ। ਬਹੁਤ ਬੁਰੀ ਕੀਤੀ ਸਾਡੇ ਨੇ। ਇੰਨੀ ਜ਼ਿਆਦਾ ਕੁੱਟਮਾਰ? ਹਾਂਜੀ, ਕੋਈ ਤੁਰਿਆ ਨਹੀਂ ਜਾਂਦਾ ਜੀ, ਨਾ ਰੋਟੀ ਖਾਣ ਨੂੰ ਜਿੱਤ ਕਰਦਾ, ਨਾ ਚਾਹ ਪੀਣ ਨੂੰ। ਕਿਸ ਤਰ੍ਹਾਂ ਦੇ ਸੰਬੰਧ? ਕੀ ਦੱਸੀਏ ਹੁਣ, ਸੰਬੰਧ ਦੇ ਜੀ ਜਿਹੜੀ ਸਾਡੇ ਨਾਲ ਕਰ ਗਿਆ। ਅੰਮ੍ਰਿਤਪਾਲ ਨੇ ਜਿਹੜਾ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ, ਉਹਦੇ ਨਾਲ ਬਹੁਤ ਜ਼ਿਆਦਾ ਸੰਬੰਧ ਸੀ। ਉਹਨੂੰ ਕਹਿੰਦਾ ਮੈਂ ਉਹਦੇ ਨਾਲ ਜਾ ਕੇ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂੰਗਾ ਤੁਹਾਡੇ ਨਾਲ। ਇੱਕ ਮਹਿਰੂ ਦਾ ਅੰਮ੍ਰਿਤਪਾਲ, ਉਹਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂੰਗਾ ਲਿਆ ਕੇ। ਉਹ ਵੀ ਸਾਨੂੰ ਧੋਕੇ ਮਾਰਦਾ ਰਿਹਾ ਅੰਮ੍ਰਿਤਪਾਲ। ਹਾਂਜੀ, ਹਜੇ ਵੀ ਹੁਣ ਧੋਕੇ ਮਾਰਦਾ, ਕਹਿੰਦਾ ਮੈਂ ਮਾਰ ਦੇਣੇ, ਮਾਰ ਕੇ ਜਾਣਾ ਤੁਹਾਨੂੰ। ਕੀ ਵਜ੍ਹਾ ਜਿਹੜੀ ਮਾਰਦੀ ਹੈ ਇੰਨੀ? ਬਸ ਨਸ਼ੇ ਦੇ ਵੀ ਲੋਰ 'ਚ ਹੀ ਕਹੀ ਜਾਂਦਾ ਸਾਰਾ ਕੁਛ। ਪੈਸੇ ਮੰਗਦਾ ਜੀ, ਘਰ ਛੱਡ ਕੇ ਚਲੇ ਜਾਓ ਤੁਸੀਂ ਤੇ ਬਸ ਆਪਣਾ ਮੈਂ ਰਹੂੰਗਾ ਇੱਥੇ। ਕਾਗਜ਼ੀ ਕਾਰਵਾਈ ਕਰਵਾਈ ਇਹ ਤਾਂ ਬੇਦਖਲ ਕੀਤਾ ਜੀ। ਫਿਰ ਵੀ ਆ ਗਿਆ? ਹਾਂ, ਫਿਰ ਵੀ ਕਿੱਦਾਂ ਆਉਂਦਾ, ਵੇਖ ਕੇ ਆਉਂਦਾ ਜੀ। ਸਾਡੀ ਮੰਗ ਜਾਂਦੇ ਇੱਕ ਤਾਂ ਪੁਲਿਸ ਉਹਨੂੰ ਫੜ ਕੇ ਅੰਦਰ ਕਰੇ, ਪੂਰੀ ਕਾਰਵਾਈ ਕਰੇ ਉੱਥੇ। ਤੁਹਾਡੇ ਘਰੇ ਆ ਗਏ ਅਮਲਾ ਕੀਤਾ? ਹਾਂਜੀ ਹਾਂਜੀ, ਘਰੇ ਆ ਗਏ ਜੀ। ਕੈਮਰੇ 'ਚ ਕੈਮਰੇ 'ਚ ਕੈਦ ਕੀਤਾ ਹੋਇਆ ਜੀ ਸਾਰਾ। ਕੋਈ ਕੈਮਰੇ ਕਰਕੇ ਅਸੀਂ ਬਚ ਗਏ, ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ। ਕਿੰਨੇ ਕੁ ਜਣੇ ਆਏ? ਪੰਜ ਜਣੇ, ਪੰਜ ਛੇ ਜਣੇ, ਛੇ ਜਣੇ ਸੀ ਸਾਰੇ। ਨਹੀਂ, ਤਿੰਨ ਦੋਵਾਂ ਦੇ ਪਾਣੀ ਪਾਏ ਸੀ ਤਿੰਨਾਂ ਦੇ, ਅਤੇ ਦੋ ਦੋ ਤਿੰਨ ਉਵੇਂ ਸੀ ਦੂਜੇ ਸਾਦੇ ਕੱਪੜਿਆਂ 'ਚ, ਮੂੰਹ ਲਵੇਟੇ ਸੀ ਉਹਨਾਂ ਦੇ। ਹਾਂਜੀ, ਬਾਣੇ 'ਚ ਆਏ ਜੀ। ਹਾਂਜੀ, ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੀ ਇਹ ਬੰਦੇ ਉਹਨਾਂ 'ਤੇ ਕਾਰਵਾਈ ਸਾਰਿਆਂ 'ਤੇ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ, ਸ਼ਰੇਆਮ ਜੀ ਹਜੇ ਵੀ ਧਮਕੀਆਂ ਦਿੰਦਾ ਜੀ, ਹਜੇ ਵੀ ਬਹੁਤ ਜ਼ਿਆਦਾ ਹੁਣ ਧਮਕੀਆਂ, ਫੋਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂ ਗੇ, ਪੁਲਿਸ ਮੁਲਾਜ਼ਮਾਂ ਨੂੰ ਵੀ ਆਈ ਜਾਂਦੇ, ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ। ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ? ਜਸਵੀਰ ਕੌਰ ਮੇਰਾ ਨਾਮ ਜੀ, ਗੋਗੋਆਣੀ ਦੇ ਰਹਿਣ ਵਾਲੇ। ਕੀ ਹੋਇਆ ਜਸਵੀਰ ਕੌਰ, ਜੇ ਤੁਹਾਡੇ ਤੇ ਹਮਲਾ ਹੋਇਆ ਕਿਹਨੇ ਕੀਤਾ ਤੇ ਕਿਉਂ? ਸਾਡੇ ਮੁੰਡੇ ਨੇ ਕੀਤਾ ਜੀ। ਕੀ ਹੋਇਆ? ਇਹਨੂੰ ਅਸੀਂ ਪੜ੍ਹਾ ਕੇ ਤੇ ਭੇਜਿਆ ਸੀ ਕੈਨੇਡਾ,
ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ। ਵਾਪਸ ਆ ਕੇ ਇੰਨਾ ਸਾਡੇ ਨਾਲ ਲੜਨਾ ਘੁੜਨਾ ਸ਼ੁਰੂ ਕਰਤਾ, ਅਸੀਂ ਆਸਟ੍ਰੇਲੀਆ ਚੜ ਗਏ। ਅਸੀਂ ਸਾਲ ਭਰ ਇੱਕ ਆਸਟ੍ਰੇਲੀਆ ਲਾਏ। ਜਦੋਂ ਅਸੀਂ ਵਾਪਸ ਆਏ ਉਦੋਂ ਧਰਨੇ ਦੇ ਵਿੱਚ ਅੰਮ੍ਰਿਤਪਾਲ ਮਹਿਰੋ ਦੇ ਨਾਲੇ ਦੇ ਸੰਬੰਧ ਬਣ ਗਏ ਅਤੇ ਇਹ ਆ ਕੇ ਜਦੋਂ ਇਹ ਘਰ ਆਏ, ਅਸੀਂ ਇਹ ਕਦੇ ਧਰਨੇ 'ਤੇ ਚੜ੍ਹਾ ਜਾਇਆ ਕਰੇ, ਕਦੇ ਘਰ ਆ ਜਾਇਆ ਕਰੇ। ਫਿਰ ਇਹ ਸਾਡੇ ਨਾਲ ਲੜਨਾ ਘੁੜਨਾ ਸ਼ੁਰੂ ਕਰਤਾ। ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡ ਲਾ, ਜਿਹੜਾ ਕੋਈ ਬਹਿ ਕੇ ਵੰਡਣਾ ਇੱਦਾਂ, ਮੈਂ ਤਾਂ ਲੜਾਈ ਚੰਗੀ ਨਾ ਦੀ। ਇਹ ਕਹਿੰਦਾ ਮੈਂ ਤਾਂ ਨੈਤੀ ਲੜਾਈ ਰੱਖਣੀ, ਮੈਂ ਤੁਹਾਡਾ ਭੜੇਪਾ ਰੋਲਣ ਵਾਸਤੇ ਆਇਆ, ਮੈਂ ਤੁਹਾਨੂੰ ਕੁੱਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ, ਮੈਂ ਨਹੀਂ ਡੱਕਾ ਕਰਨਾ, ਠੀਕ ਹੈ। ਮੈਂ ਵਾਪਸ, ਫਿਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ। ਮੈਂ ਫਿਰ 2.5 ਲੱਖ ਲਾ ਕੇ ਵਾਪਸ ਕੈਨੇਡਾ ਦੀ ਫਾਈਲ ਲਾਈ। ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ, ਮੈਂ ਤਾਂ ਬਾਣਾ ਪਾਲਿਆ, ਮੈਂ ਤਾਂ ਨਿਹੰਗ ਬਣ ਜਾਣਾ, ਮੈਂ ਤਾਂ ਇੱਥੇ ਨਿਹੰਗ ਵਸਾਉਣੇ, ਮੈਂ ਤੁਹਾਨੂੰ ਵਸਣ ਨਹੀਂ ਦੇਣਾ। ਇਹ ਡੇਲੀ ਦਾ ਇਹਦਾ ਕੰਮ ਚੱਲਦਾ ਸੀਗਾ, ਠੀਕ ਹੈ। ਇਸ ਤਰ੍ਹਾਂ ਲੜ ਕੇ ਘਰੋਂ ਚਲਾ ਜਾਂਦਾ ਸੀ, ਫਿਰ ਆ ਜਾਂਦਾ ਸੀ, ਫਿਰ ਲੜ ਕੇ ਚਲਾ ਜਾਂਦਾ ਸੀ। ਡੇਲੀ ਦਾ ਕੰਮ ਸੀਗਾ। ਫਿਰ ਇਹ ਅੰਮ੍ਰਿਤਪਾਲ ਨੂੰ ਲੈ ਕੇ ਆਇਆ, ਕਹਿੰਦਾ ਕਿ ਮੈਨੂੰ ਬੇਦਖਲ ਕਰ ਦਿਉ, ਮੈਂ ਤਾਂ ਇਹਨਾਂ ਨਿਹੰਗਾਂ ਸਾ ਕਰਾਉਣਾ ਵਾਂ। ਅਸੀਂ ਨਹੀਂ ਕੀਤਾ ਬੇਦਖਲ, 2-4 ਮਹੀਨੇ ਦਾ ਚੱਲਦਾ। ਫਿਰ 2-3 ਵਾਰੀ ਅੰਮ੍ਰਿਤਪਾਲ ਨੂੰ ਲੈ ਕੇ ਮੇਰੇ ਆੜ੍ਹਤੀਏ ਕੋਲੇ ਗਿਆ, ਸਰਪੰਚ ਕੋਲੇ ਗਿਆ, ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ। ਫਿਰ ਅਸੀਂ ਬੇਦਖਲ ਕਰਤਾ। ਜਦੋਂ ਅਸੀਂ ਬੇਦਖਲ ਕਰਤਾ, ਫਿਰ ਇਹ ਘਰੋਂ ਚਲਾ ਗਿਆ। ਫਿਰ ਉਹਨੇ ਆਪਦੇ ਮਾਮੇ ਦੇ ਸੱਟਾਂ ਮਾਰੀਆਂ ਪਿਛਲੇ 2023 ਦੇ ਵਿੱਚ। ਉਹਦੇ ਸਿਰ ਦੇ ਵਿੱਚ 123 ਟਾਂਕੇ ਲੱਗੇ, ਉਹ ਅਸੀਂ ਮਸਾਂ ਬਚਾਇਆ, ਪਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗੱਲ ਨਹੀਂ, ਕਰਦਾ ਕੋਈ ਗੱਲ ਨਹੀਂ, ਠੀਕ ਹੈ। ਪਰ ਇਹ ਨਹੀਂ ਸੁਧਰਿਆ। ਉਸ ਤੋਂ ਬਾਅਦ ਹੁਣ ਸਾਡੇ ਸੱਟਾਂ ਮਾਰਨ ਆ ਗਿਆ, 5-6 ਜਣੇ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ। ਮੈਂ 2023 ਦੇ ਵਿੱਚ ਘੱਟ ਤੋਂ ਘੱਟ DIG ਦੇ SSP ਦੇ 20 ਦਰਖਾਸਤਾਂ ਦਿੱਤੀਆਂ, ਜਿਹ 'ਤੇ ਕੋਈ ਕਾਰਵਾਈ ਨਹੀਂ ਹੋਈ। ਉਲਟਾ ਸਗੋਂ ਮੇਰਾ DSP ਜੀ ਦਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਵਾਸਤੇ ਵਿਹਲੀ ਆ, ਠੀਕ ਹੈ, ਜੋ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ, ਠੀਕ ਹੈ। ਪ੍ਰਸ਼ਾਸਨ ਕੁਛ ਨਹੀਂ ਕਰ ਰਹੀ, ਹੁਣ ਵੀ ਤਾਂ ਹਫ਼ਤਾ ਹੋ ਗਿਆ, ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ। ਕਿਸ ਤਰ੍ਹਾਂ ਦੇ ਇਹਦੇ ਸੰਬੰਧ ਨੇ ਉਹਨਾਂ ਨਾਲ, ਕੋਈ ਹੋਰ ਵੀ ਹੈਗਾ ਅੰਮ੍ਰਿਤਪਾਲ ਨਾਲ? ਅੰਮ੍ਰਿਤਪਾਲ ਨਾਲ ਵੀ ਸੰਬੰਧ ਇਹਦੇ ਕੀ ਹੈ? ਉਹਨਾਂ ਨਾਲ ਵੀ ਜਾਂਦਾ ਹੁੰਦਾ ਸੀ ਮੈਂ, ਤੇ ਬਾਣਾ ਪਾ ਕੇ ਬਾਣਾ ਤੇ ਨੇ ਹਜੇ 2 ਸਾਲ ਹੀ 1.5 ਸਾਲ ਹੀ ਹੋਇਆ ਪਾਏ ਨੂੰ, ਪਹਿਲਾਂ ਤਾਂ ਨਹੀਂ ਬਾਣਾ ਪਾਇਆ ਸੀ, ਹੁਣ ਹੀ ਪਾਇਆ ਬਾਣਾ। ਬਾਣੇ ਦੇ ਤਾਂ ਇਹ ਦੁਰਦਸ਼ਾ ਕਰ ਰਿਹਾ, ਬਾਣਾ ਪਾ ਕੇ ਇਹ ਗੱਲ ਕਹਿੰਦੇ ਆ ਵੀ ਤੁਸੀਂ ਮਾਂ ਪਿਓ ਨੂੰ ਕੁੱਟੋ ਮਾਰੋ, ਨਾਲੇ ਕਾਹਦੇ ਵਾਸਤੇ ਕੁੱਟਦਾ ਮਾਰਦਾ, ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ, ਜਾਂ ਕੋਈ ਕੰਮ ਕਰਦਾ ਸੀ ਕਦੇ ਨਾ? ਕੁਵਾਰਾ ਵੱਡਾ, ਦੂਸਰਾ ਆਸਟ੍ਰੇਲੀਆ, ਨਿੱਕਾ ਵਹਿ ਉਹ ਆਸਟ੍ਰੇਲੀਆ। ਹਾਂਜੀ, ਨਹੀਂ ਹੋਇਆ। ਹੁਣ ਕਿਸ ਤਰ੍ਹਾਂ ਦੀ ਹਰਕਤਾਂ? ਬਸ ਹਰਕਤਾਂ ਦੇ ਬਸ ਕੁੱਟੋ ਮਾਰੋ ਲੁੱਟੋ ਖਾਓ, ਲੁੱਟਾਂ ਖੋਆ ਕਰਦਾ ਹੀ ਹੋਗਾ। ਜੋ ਸਾਡੇ ਨੂੰ ਲੁੱਟ ਕੇ ਲੱਗਿਆ ਦਿਨੇ, ਜਿਹੜੇ ਨਾਲ ਆਏ ਉਹਨੂੰ ਕੀ ਉਹਦਾ, ਕਿੰਨੀਆਂ ਕੁ ਲੁੱਟਾਂ ਕਰਦੇ, ਕਿੰਨੀਆਂ ਕੁ ਮਾਵਾਂ ਨੂੰ ਕੁੱਟਣ ਜਾਂਦੇ ਆ, ਕਿੰਨੇ ਕੁ ਲੋਕਾਂ ਨੂੰ ਕੁੱਟ ਕੇ ਆਉਂਦੇ ਆ। ਜੇ ਸਾਨੂੰ ਕੁੱਟਣ ਆ ਸਕਦੇ, ਲੋਕਾਂ ਨੂੰ ਕੁੱਟਣ ਨਹੀਂ ਜਾਂਦੇ ਹੋਣਗੇ। ਸਿੱਖੀ ਕੀ ਕਹਿੰਦੀ? ਹੈਂ, ਸਿੱਖੀ ਕੀ ਕਹਿੰਦੀ? ਸਿੱਖੀ ਨੇ ਕੀ ਕਹਿਣਾ? ਸਿੱਖੀ ਇਹ ਕੁਛ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰਦਿਆਂ ਨੂੰ ਕੁੱਟੋ? ਸਿੱਖੀ ਇਹ ਕਹਿੰਦੀ ਵੀ ਤੁਸੀਂ ਲੋਕਾਂ ਦੀਆਂ ਕੁੱਟਾਂ ਮਾਰਾਂ ਕਰੋ? ਸਿੱਖੀ 'ਚ ਕਿੱਥੇ ਲਿਖਿਆ ਵੀ ਕੁੱਟਾਂ ਮਾਰਾਂ ਕਰੋ? ਕੋਈ ਇੱਕ ਕੱਖ ਛੱਡਦਾ ਨਹੀਂਗਾ, ਸਾਨੂੰ ਨਹੀਂ ਪਤਾ ਕਿਹੜੇ ਨਸ਼ੇ ਕਰਦਾ, ਜਿਹੜਾ ਐਂ ਭੱਜਿਆ ਫਿਰਦਾ ਘੋੜੀ ਵਾਂਗੂ, ਕਿਤੇ ਖੜਦਾ ਹੀ ਨਹੀਂ। ਘਰ ਦੇ ਵਿੱਚ ਹਮਲਾ ਕੀਤਾ? ਹਾਂਜੀ, ਘਰ 'ਚ ਹਮਲਾ ਕੀਤਾ। ਕਿਹਦੇ ਨਾਲ? ਸਾਡੇ ਦੋਨਾਂ ਜੀਆਂ ਨੇ ਕੀਤਾ। ਪਿਓ ਤੇ ਵੀ? ਪਿਓ ਤੇ ਵੀ। ਕਿਹਦੇ ਨਾਲ ਕੀਤਾ? ਕੀ ਚੀਜ਼? ਬੇਸਬਾਲ ਨਾਲ। ਬੇਸਬਾਲ ਨਾਲ ਗੰਡਾਸੇ ਕਿਰਪਾਨਾਂ ਕੱਢੀਆਂ ਇਹਨਾਂ ਨੇ। ਉਹ ਤਾਂ ਚਲਾਉਣ ਦਾ ਹੁਕਮ ਨਹੀਂ ਮਿਲਿਆ ਇਹਨਾਂ ਨੂੰ ਵੀ, ਅਸੀਂ ਬਾਹਰ ਨੂੰ ਭੱਜ ਗਏ ਤਾਂ ਨਹੀਂ ਤਾਂ ਕਿਰਪਾਨਾਂ ਕੱਢੀਆਂ। ਫਿਰ ਉਹਨੇ ਦੁਬਾਰਾ ਉਹਨੇ ਆ ਕੇ ਗੇਟ ਖਲਾਇਆ, ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ। ਫਿਰ ਦੁਬਾਰਾ ਆ ਕੇ ਨਿਹੰਗ ਨੇ ਗੇਟ ਖਲਾਇਆ, ਕਹਿੰਦਾ ਕਿ ਮੈਂ ਤੇਰੇ ਗੁੱਟ ਵੜ ਦੂੰ, ਬੂਆ ਖੋਲ ਦੇ। ਤੇ ਖੂਨ ਦਾ ਪਿਆਸਾ ਹੀ ਆ, ਤਾਂ ਜਦੋਂ ਦਾ ਜੰਮਿਆ ਆਉਂਦਾ ਖੂਨ ਦਾ ਪਿਆਸਾ ਹੀ ਆ, ਇਹ ਤਾਂ ਇਹੀ ਲੱਛਣ ਕਰਦਾ ਪਹਿਲਾਂ ਤੋਂ। ਕਾਰਵਾਈ ਪੁਲਿਸ ਕਰੇ। ਹਾਂਜੀ, ਮੰਨ ਲਓ ਸਾਨੂੰ ਹੁਣ ਵੀ ਮਾਰ ਸਕਦਾ, ਸਾਨੂੰ ਹੁਣ ਵੀ ਖਤਰਾ, ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪੈਂਦੇ, ਘਰੇ ਬੰਦੇ ਪਾ ਕੇ ਪੈਂਦੇ, ਸਾਨੂੰ ਤਾਂ ਹੁਣ ਵੀ ਖਤਰਾ, ਹੁਣ ਵੀ ਤਾਂ ਸ਼ਰਿਆਮ ਖੁੱਲ੍ਹਾ ਫਿਰਦਾ, ਉਹਨੂੰ ਕਿਹੜਾ ਪੁਲਿਸ ਫੜ ਰਹੀ ਹੈ। ਹਾਂਜੀ ਸਰ, ਜਿਹੜੇ ਪਿੰਡ ਦੇ ਵਿੱਚ ਕੁੱਟਮਾਰ ਹੋਈ ਮਾਂ ਪਿਓ ਨਾਲ, ਕੀ ਮਾਮਲਾ ਸਰ?
ਇਹ ਮਾਮਲਾ ਇਹ ਜੀ ਪਿੰਡ ਗਾਗੋਣ ਹੈ ਜੀ, ਉੱਥੋਂ ਜਸਵੀਰ ਕੌਰ ਪਤਨੀ ਅੰਗਰੇਜ਼ ਸਿੰਘ ਆ, ਉਹਨਾਂ ਲੜਕਾ ਸੀਗਾ ਲਵਪ੍ਰੀਤ ਸਿੰਘ ਜੀ, ਉਹਨੂੰ ਕੀਤਾ ਬੇਦਖਲ, ਪਹਿਲਾਂ ਵਿਦੇਸ਼ ਗਿਆ ਸੀ, ਵਿਦੇਸ਼ 'ਚੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ। ਇਹ ਆਇਆ ਜੀ ਘਰ ਨਾਲ ਪੰਜਾਂ ਬੰਦੇ ਹੋਰ ਸੀਗੇ ਜੀ, ਆ ਕੇ ਅਤੇ ਘਰ ਦੇ ਬਾਪ ਨੂੰ ਮਾਂ ਨੂੰ ਕੁੱਟਮਾਰ ਕਰਕੇ ਇੱਕ ਬੁਲਟ ਮੋਟਰਸਾਈਕਲ ਦੋ ਮੋਬਾਈਲ ਲੈ ਕੇ ਚਲਾ ਗਿਆ ਜੀ। ਸਰ ਕਿੰਨੇ ਬੰਦੇ ਦੇ ਕਾਰਵਾਈ ਕੀਤੀ? ਇਹ ਸਰ ਇੱਕ ਤਾਂ ਲੜਕਾ ਲਵਪ੍ਰੀਤ ਅਤੇ ਬਾਕੀ ਦੇ ਅਨਫੇਅਰ ਬੰਦੇ ਚਾਰ ਹੋਰ ਜੀ ਅੰਦਰ ਵੜੇ ਅਤੇ ਮੁਕੱਦਮਾ, ਹਾਂਜੀ ਮੁਕੱਦਮਾ ਦਰਜ ਕਰਤਾ ਜੀ 32 ਨੰਬਰ FIR ਜੀ, 452 ਇੱਚ 148 53 323 ਜੀ। ਅਗਲੀ ਕਾਰਵਾਈ ਤਫਤੀਸ਼ ਜਾਰੀ ਹੈ ਜੀ, ਮੇਜਰ ਸਿੰਘ ਠੰਡਦਾਰ ਸਾਹਿਬ ਹੈਗੇ ਆ ਕਰ ਰਹੇ।